ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਨੀ ਇੰਟਰਨੈਸ਼ਨਲ ਪੰਥਕ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਇੰਗਲੈਂਡ ਅਤੇ ਇਟਲੀ ਨੇ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਪੀੜਤਾਂ ਦੀ ਮਦਦ ਲਈ ਭੇਜੀ ਗਈ ਮਾਇਆ ਨਾਲ ਰਾਸ਼ਨ ਅਤੇ ਦਵਾਈਆਂ ਲੈ ਕੇ ਵੱਖ ਵੱਖ ਪਿੰਡਾਂ ਵਿੱਚ ਬਾਬਾ ਸਤਨਾਮ ਸਿੰਘ ਵਾਲੀਆ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਧਾਰਮਿਕ ਵਿੰਗ ਦੀ ਅਗਵਾਈ ਵਿੱਚ ਜਥੇਬੰਦੀ ਦੇ ਮੈਂਬਰਾਂ ਨੇ ਮੰਨੀਆਂ। ਜਥੇਬੰਦੀ ਦੇ ਆਗੂਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਔਖੀ ਘੜੀ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੁਆਰਾ ਕੀਤੀ ਗਈ ਸੇਵਾ ਦੇ ਦੌਰਾਨ BSF ਦੇ ਜਵਾਨਾਂ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਉਹਨਾਂ ਦੁਆਰਾ ਆਪਣੇ ਬੇੜਿਆਂ ਉੱਪਰ ਗੇੜੇ ਲਗਾ ਕੇ ਰਾਸ਼ਨ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਗਈ ਅਤੇ ਅੱਗੇ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਕਿ ਹੜ੍ਹ ਪੀੜਤ ਬਹੁਤ ਹੀ ਅਤਿ ਨਾਜ਼ੁਕ ਥਾਂ ਦੇ ਪਿੰਡ ਕਾਲੂਵਾਲਾ ਉੱਥੇ ਪਹੁੰਚੇ ਹਾਂ ਅਤੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਭਾਈ ਪਿੱਪਲ ਸਿੰਘ ਜੀ ਸਦਰਦੀਨਵਾਲਾ ਤੋਂ ਸਾਡੇ ਨਾਲ ਨੇ। ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੂੰਗਾ, ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਇੱਥੇ ਆਏ, ਤੁਹਾਡੇ ਅਸੀਂ ਪ੍ਰਧਾਨ ਗੇਟ ਇੱਥੇ ਆਏ ਹਾਂ ਅਤੇ ਸਾਨੂੰ ਦੱਸਣਾ ਇਹ ਕਰੋ ਕਿ ਅੱਜ ਦਾ ਜੋ ਆਪਣਾ ਪ੍ਰੋਗਰਾਮ ਸੀ ਮਨੁੱਖਤਾ ਦੀ ਸੇਵਾ, ਇਹਦੇ ਬਾਰੇ ਆਪ ਜੀ ਦੇ ਵਿਚਾਰ ਜਿਹੜੇ ਤੁਸੀਂ ਦੱਸਣੇ ਕਰੋ ਸਾਨੂੰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ, ਠੀਕ ਹੈ, ਮੈਨੂੰ ਜ਼ਿੰਮੇਵਾਰੀ ਜੋ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਦੀ ਦਿੱਤੀ ਹੈ, ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਜਿਹੜੇ ਮੁਖੀ ਨੇ ਭਾਈ ਜਸਵੀਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਰਹਿਨਮਾਈ ਹੇਠ ਹੀ ਸਾਰੀ ਸੇਵਾ ਚੱਲ ਰਹੀ ਹੈ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਕੱਲਾ ਪਿੰਡ ਕਾਲੂਵਾਲਾ ਹੀ ਨਹੀਂ, ਹੋਰ ਵੀ ਸਾਡੀਆਂ ਕਾਫੀ ਜ਼ਿਆਦਾ ਜਿਹੜੇ ਪੰਥਕ ਦਲ ਦੇ ਮੁਖੀ ਨੇ ਉਹ ਅਲੱਗ ਅਲੱਗ ਜਗ੍ਹਾ 'ਤੇ ਜਿੱਥੇ ਜਿੱਥੇ ਹੜ੍ਹ ਪੀੜਤ ਲੋਕ ਨੇ ਉਹਨਾਂ ਦੀ ਸਾਰ ਲੈ ਰਹੇ ਨੇ ਅਤੇ ਤੁਸ਼ ਸੇਵਾ ਕਰਕੇ ਜਿਵੇਂ ਅਸੀਂ ਇੱਥੇ ਸੇਵਾ ਕਰਨ ਵਾਸਤੇ ਆਏ ਹਾਂ। ਸਾਡਾ ਸੰਯੋਗ UK ਤੋਂ ਭਾਈ ਪਰਮਜੀਤ ਸਿੰਘ ਢਾਡੀ ਅਤੇ ਉਹਨਾਂ ਦੀ ਜਿਹੜੀ ਟੀਮ ਵਿਸ਼ੇਸ਼ ਵਿਦੇਸ਼ ਦੀ, ਉਹਨਾਂ ਸਾਰਿਆਂ ਨੇ ਰਲ ਕੇ ਬਹੁਤ ਸੇਵਾ ਕੀਤੀ ਸਾਡੇ ਨਾਲ। ਇੰਟਰਨੈਸ਼ਨਲ ਪੰਥਕ ਦਲ ਦੇ ਸੇਵਾਦਾਰ ਤਾਂ ਸੀ, ਨਾਲ ਯੂਥ ਕਲੱਬ ਸ਼ਹੀਦ ਊਧਮ ਸਿੰਘ ਉਹਨਾਂ ਦਾ ਕਲੱਬ ਵੀ ਸਾਡੇ ਸਹਿਯੋਗ ਦੇ ਨਾਲ ਰਲ ਕੇ ਅਸੀਂ ਪਿੰਡ ਕਾਲੂਵਾਲਾ ਜਿਹੜਾ ਤਿੰਨਾਂ ਪਾਸਿਆਂ ਤੋਂ ਦਰਿਆ ਦੇ ਵਿੱਚ ਘਿਰਿਆ ਹੋਇਆ ਅਤੇ ਚੌਥਾ ਪਾਸਾ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ, ਉਹਨਾਂ ਨੂੰ ਆਉਣ ਜਾਣ ਦੀ ਦਿੱਕਤ ਸੀ। ਅੱਜ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਸੇਵਾ ਜਿਹੜੀ 15 ਕੁ ਦਿਨ ਦਾ ਤਕਰੀਬਨ ਰਾਸ਼ਨ ਅਤੇ ਨਾਲ ਜਿਹੜੀਆਂ ਦਵਾਈਆਂ, ਕਿਉਂਕਿ ਉਹਨਾਂ ਨੂੰ ਦਵਾਈ ਦੀ ਬਹੁਤ ਤਕਲੀਫ ਸੀ, ਕਿਤੋਂ ਲੈ ਨਹੀਂ ਸਕਦੇ ਸੀ, ਅੰਦਰ ਕੋਈ ਡਿਸਪੈਂਸਰੀ ਨਹੀਂ, ਬਹੁਤ ਦੁਖੀ ਸੀ, ਅਤੇ ਅੱਜ ਦਵਾਈਆਂ ਦੇ ਵੀ ਅਤੇ ਜਿਹੜੀ ਰਾਸ਼ਨ ਦੀ ਸੇਵਾ ਕਰਕੇ ਚੱਲੇ ਹਾਂ। ਅਸੀਂ ਤਾਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਾਂ ਕਿ ਇਹ ਸਾਡੇ ਗਰੀਬਾਂ ਦੇ ਹੱਥ ਸੇਵਾ ਆਈ ਅਤੇ ਉਹਨਾਂ ਦੀ ਸਾਰ ਲੈਣ ਵਾਸਤੇ। ਮੈਂ ਤਾਂ ਸਮੁੱਚੇ ਦੇਸ਼ ਨੂੰ ਬੇਨਤੀ ਕਰਦਾ ਕਿ ਸਾਰੇ ਹੀ ਉਪਰਾਲਾ ਕਰਕੇ ਸੇਵਾ ਲੁੱਟਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਕਾਲੂਵਾਲੇ ਵਿੱਚ ਆਏ ਸਾਂ, ਸਾਡੇ ਨਾਲ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੋਂ ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਜੋ ਅੱਜ ਦਾ ਪ੍ਰੋਗਰਾਮ ਸੀ ਮਨੁੱਖਤਾ ਦੀ ਸੇਵਾ ਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਅਸੀਂ 2-3 ਦਿਨ ਤੋਂ ਇੱਥੇ ਪਿੰਡ ਕਾਲੂਵਾਲੇ ਆਏ ਸੀਗੇ, ਉੱਥੇ ਦੇਖਿਆ ਲੋਕ ਬਹੁਤ ਪਾਣੀ ਤੋਂ ਦਰਿਆਓ ਪਾਰ ਘਿਰੇ ਹੋਏ ਸੀ, ਜਿਸ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਵਾਲੇ, ਜਿਨ੍ਹਾਂ ਦੇ ਸਹਿਯੋਗ ਨਾਲ ਹੋਰ ਭਾਈ ਜਸਵੀਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪੰਥਕ ਇੰਟਰਨੈਸ਼ਨਲ ਖਾਲਸਾ ਦਲ, ਉਹਨਾਂ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਸੀ ਉਸ ਮੁਤਾਬਕ ਅੱਜ ਕੁਛ ਪਿੰਡਾਂ, ਕੁਛ ਭਾਈ UK ਵਾਲੇ ਪਰਮਜੀਤ ਸਿੰਘ ਢਾਡੀ
ਉਹਨਾਂ ਦੇ ਸਹਿਯੋਗ ਨਾਲ, ਬਾਕੀ ਜੋ ਇਲਾਕੇ ਦੇ ਸਹਿਯੋਗ ਨਾਲ, ਪਿੰਡ ਸ਼ਾਮ ਸਿੰਘ ਵਾਲਾ ਤੋਂ ਮਨਕੀਤ ਸਿੰਘ, ਪਿੰਡ ਸ਼ਾਮ ਸਿੰਘ ਵਾਲੇ ਤੋਂ ਬੂਟਾ ਸਿੰਘ, ਭਾਈ ਪਿੱਪਲ ਸਿੰਘ, ਹੋਰ ਸਿੰਘਾਂ ਦੇ ਸਹਿਯੋਗ ਨਾਲ 15-20 ਸਿੰਘ ਨਾਲ ਲੈ ਕੇ ਅੱਜ 15 ਦਿਨਾਂ ਦਾ ਰਾਸ਼ਨ ਪਿੰਡ ਕਾਲੂ ਵਾਲੇ, ਜਿੱਥੇ ਅਜੇ ਤੀਕ ਕੋਈ ਵੀ ਸਰਕਾਰੀ ਜਾਂ ਕੋਈ ਧਾਰਮਿਕ ਸੰਸਥਾ ਨਹੀਂ ਪਹੁੰਚੀ, ਉੱਥੇ ਦਵਾਈਆਂ ਦਾ ਮੈਡੀਕਲ ਡਾਕਟਰ ਨੂੰ ਸਮੇਤ ਲਿਜਾ ਕੇ ਹੋਰ 15 ਦਿਨਾਂ ਰਾਸ਼ਨ, ਜਿਵੇਂ ਖੰਡ, ਚਾਹ ਪੱਤੀ, ਸਾਬਣ, ਤੇਲ, ਜੋ ਵੀ ਘਿਓ, ਸਾਰੀਆਂ ਲੋੜੀਂਦੀਆਂ ਚੀਜ਼ਾਂ ਸਾਰੀਆਂ ਉਹਨਾਂ ਨੂੰ ਮੁਹੱਈਆ ਕਰੀਆਂ ਗਈਆਂ, ਜਿਸ ਵਾਸਤੇ ਅਸੀਂ ਸੰਗਤਾਂ ਦਾ, ਜਿਨ੍ਹਾਂ ਨੇ ਰਾਸ਼ਨ, ਹੋਰ ਭਾਈ ਸਾਹਿਬ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਸੇਵਾ 'ਚ ਹਿੱਸੇ ਪਾਏ ਆ। ਅਤੇ ਸਭ ਤੋਂ ਵੱਧ ਬਾਬਾ ਸਤਨਾਮ ਸਿੰਘ ਵਾਲੀਆਂ ਵਾਲੇ, ਜਿਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਇਹ ਸੇਵਾ ਕਰਵਾਈ ਹੈ। ਖਾਲਸਾ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਬਾਬਾ ਸਤਨਾਮ ਸਿੰਘ ਜੀ ਵਾਲੀਆਂ ਵਾਲੇ, ਜੋ ਕਿ ਬਾਰਡਰ 'ਤੇ ਕੁਛ ਪਿੰਡਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਵਾਸਤੇ ਜੋ ਕਿ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਸਨ, ਪਹੁੰਚੇ ਹਨ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਤੁਸੀਂ ਕਿਸ ਸੰਬੰਧ ਵਿੱਚ ਇੱਥੇ ਪਹੁੰਚੇ ਅੱਜ? ਅੱਜ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ, ਪਿੰਡ ਕਾਲੂ ਵਾਲਾ। ਮੈਂ ਅੱਗੇ ਕਈ ਵਾਰੀ ਬੇਨਤੀ ਕੀਤੀ 2-3 ਦਿਨ ਤੋਂ ਕਿ ਇਹ ਪਿੰਡ ਉਹ ਆ ਜਿਹੜਾ ਹਿੰਦੁਸਤਾਨ ਦੇ ਨਾਲ ਜਿਹੜਾ ਰਾਬਤਾ ਇਹਦਾ ਖਤਮ ਹੋ ਚੁੱਕਾ ਸੀ, ਕਿਉਂਕਿ ਦਰਿਆ ਬਾਗ ਦਾ ਪਾਣੀ ਅੱਜ ਵੀ ਬਹੁਤ ਵੱਧ ਰਿਹਾ ਹੈ, ਕਿਉਂਕਿ ਇੰਟਰਨੈਸ਼ਨਲ ਪੰਥਕ ਦਲ ਦਾ ਜੋ ਏਜੰਡਾ ਆ ਮਨੁੱਖਤਾ ਦੀ ਸੇਵਾ, ਉਹਦੇ ਮੁਤਾਬਕ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ, ਉਹਨਾਂ ਦੇ ਦਿਸ਼ਾ ਨਿਰਦੇਸ਼ ਜੋ ਹੁਕਮ ਨੇ ਉਹਨਾਂ ਦੇ ਕਿ ਆਪਾਂ ਮਨੁੱਖਤਾ ਦੀ ਸੇਵਾ ਨੂੰ ਕਿਸ ਹਿਸਾਬ ਨਾਲ ਕਰਨਾ, ਜਾਤ ਪਾਤ ਤੋਂ, ਭਿੰਨ ਭਾਵ ਤੋਂ ਉੱਠ ਉੱਪਰ ਉੱਠ ਕੇ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ, ਉਹਦੇ ਤਹਿਤ ਅੱਜ ਅਸੀਂ ਪਿੰਡ ਕਾਲੂ ਵਾਲਾ ਵਿਖੇ ਪਹੁੰਚੇ ਹਾਂ। ਸੋ ਅੱਜ ਪਿੰਡ ਕਾਲੂ ਵਾਲਾ ਵਿਖੇ ਅਸੀਂ 58 ਪਰਿਵਾਰਾਂ ਨੂੰ ਰਾਸ਼ਨ, ਜਿਹੜਾ 15 ਦਿਨਾਂ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ। ਉਹ ਇਲਾਕੇ ਦੀ ਸੰਗਤ UK ਤੋਂ, ਉਹਨਾਂ ਨੇ ਸੇਵਾ ਬਹੁਤ ਵੱਡੀ ਸੇਵਾ ਨਾਲ ਸਾਡੇ ਨਿਭਾਈ ਆ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਸਿੰਘ ਸਾਹਿਬ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਅਤੇ ਸਾਨੂੰ ਉੱਦਮ ਬਖਸ਼ਿਆ ਨਾਲ, ਅਤੇ ਉਹਨਾਂ ਦੇ ਸਦਕਾ ਅਸੀਂ ਅੱਜ ਇਸ ਪਿੰਡ ਦੇ ਵਿੱਚ, ਕਿਉਂਕਿ ਇੱਥੇ ਨਾ ਤਾਂ ਅੱਜ ਤੱਕ ਜਿੱਦਣ ਦਾ ਪਾਣੀ ਆਇਆ ਆ, ਅੱਜ ਤੱਕ ਕੋਈ ਵੀ ਸਰਕਾਰੀ ਮਹਿਕਮਾ ਜਾਂ ਪੁਲਿਸ ਪ੍ਰਸ਼ਾਸਨ, DC ਸਾਹਿਬ ਜਾਂ ਮੈਡੀਕਲ ਵਿਵਸਥਾ ਇੱਥੇ ਕੋਈ ਮੁਹੱਈਆ ਨਹੀਂ ਕਰਵਾਈ ਗਈ। ਸੋ ਅੱਜ ਪਹਿਲ ਕਦਮੀ ਕਰਕੇ 3ਰਾ ਦਿਨ ਹੋ ਗਿਆ, 3ਰੇ ਦਿਨ ਤੋਂ ਜਿੱਥੇ ਅਸੀਂ ਇਸ ਪਿੰਡ ਦੇ ਵਿੱਚ ਵੀ ਆਏ ਹਾਂ, ਉੱਥੇ ਅਸੀਂ ਕੱਲ੍ਹ ਜਾਇਜ਼ਾ ਲੈਣ ਵਾਸਤੇ ਪਿੰਡ ਚਾਂਦੀ ਵਾਲਾ, ਰਾਜੋ ਕੇ ਗੱਟੀ, ਰੱਜੀ ਵਾਲਾ, ਇਸੇ ਤਰ੍ਹਾਂ ਹੀ ਨਿਹਾਲਾ ਕਿਲਚਾ, ਜਿੰਨੇ ਵੀ ਸਾਰੇ ਇਸ ਪਿੰਡ ਜਿਹੜਾ ਪਾਣੀ ਦੀ ਮਾਰਤ ਸਾਰਿਆਂ ਦਾ ਅਸੀਂ ਜਾਇਜ਼ਾ ਲੈਣ ਗਏ ਹਾਂ। ਅਤੇ ਸਭ ਤੋਂ ਵੱਧ ਅਸੀਂ ਇੱਥੇ ਜ਼ਰੂਰਤ ਸਮਝੀ ਕਿ ਇੱਥੇ ਨਾ ਕੋਈ ਸਰਕਾਰੀ, ਨਾ ਕੋਈ ਧਾਰਮਿਕ, ਨਾ ਕੋਈ ਸਮਾਜਿਕ ਜਥੇਬੰਦੀ, ਕੋਈ ਨਹੀਂ ਸੀ ਪਹੁੰਚੀ। ਇਸ ਕਰਕੇ ਜਿੱਥੇ ਅਸੀਂ 15 ਦਿਨ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉੱਥੇ ਇਹਨਾਂ ਨੂੰ 15-15 ਦਿਨ ਵਾਸਤੇ ਮੈਡੀਸਨ, ਡਾਕਟਰਾਂ ਦੀ ਟੀਮ, ਜਿਨ੍ਹਾਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਭਾਈ ਪਿੱਪਲ ਸਿੰਘ ਜੀ, ਖੁਦ ਡਾਕਟਰ ਨੇ ਇੱਕ, ਇਹਨਾਂ ਨੇ ਆਪ ਖੁਦ ਸੇਵਾ ਨਿਭਾਈ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਇਹ ਸਿੱਖਾਂ ਨੂੰ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰੰਪਰ ਪਾਈ ਦੇ ਇਮਾਮ ਆਕਣ ਸਰ ਸਾਨੂੰ ਉਪਦੇਸ਼ ਦਿੱਤਾ ਸੇਵਾ ਦੇ, ਨਿਮਰਤਾ ਨਾਲ ਸੇਵਾ ਕਰਨ ਦਾ, ਨਿਸ਼ਕਾਮ ਸੇਵਾ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।